ਨਾਲ ਜਿਸ ਵੈਣ ਵਾਸਤੇ ਇਹਨਾਂ ਮਾਤਮੀਆਂ ਨੇ ਮੈਨੂੰ ਹੁਕਮ ਕੀਤਾ ਹੈ ਉਸ ਵੈਣ ਦੀ ਤਮਹੀਦ ਚ ਜੁਮਲਾ ਪੜ ਕੇ ਫਿਰ ਮੈਂ ਵੈਣ ਦੇ ਨੇੜੇ ਆਸਾਂ ਬੱਧੇ ਹੋਏ ਹੱਥਾਂ ਨਾਲ ਬਾਬੇ ਦੀ ਲਾਸ਼ ਤੇ ਆ ਖੜੀਏ ਸ਼ਬੀਰ ਦੇ ਜ਼ਖਮੀ ਤੇ ਆਂਦੀ ਬਾਬਾ 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 ਮੈਂ ਸ਼ਾਮ ਪਈ ਵੈਂਦੀ ਹਾਂ ਮਰਹਬਾ ਬਿਸਮਿਲਾ ਬੜੇ ਅਜ਼ਾਦਾਰ ਹੋ ਮੇਰੀ ਸਹਿਣ ਦੇ ਜਿਹੜੇ ਦਰਦ ਨਾਲ ਹੈ ਪੇ ਕਰਦੇ ਹੋ ਇੱਕ ਦਫ਼ਾ ਨਾ ਇੱਕ ਦਫ਼ਾ ਸਭ ਦੁਹਰਾਓ ਆਂਦੀ ਬਾਬਾ ਬਾਬਾ ਮੈਂ ਸ਼ਾਮ ਪਈ ਵੈਂਦੀ ਹਾਂ ਬਾਬਾ ਜੀ ਸਰਕਾਰ ਮਾਸ਼ਾ ਅੱਲਾ ਬੜੇ ਮੋਹਰ ਵਾਲੇ ਮਦਾ ਖਾਨ ਇਨ ਮੌਲਾ ਨਾਲ ਸਲਾਮਤ ਰੱਖੇ ਯਕੀਨਨ ਅਜ਼ਾਦਾਰ ਵੀ ਵੱਡੇ ਜ਼ਾਕਿਰ ਮੌਲਾ ਦੇ ਵੀ ਬੜੇ ਵੱਡੇ ਲਫ਼ਜ਼ ਵੀ ਬੜੇ ਵੱਡੇ ਆਖਦੇ ਨੇ ਮੇਰੇ ਬਾਅਦ ਮੌਜੂਦ ਹਨ ਮਗਰ ਇਸ ਲਫ਼ਜ਼ 'ਤੇ ਹਰ ਅਜ਼ਾਦਾਰ ਤੜਫ ਵੈਸੇ ਜਿਹੜਾ ਲਫ਼ਜ਼ ਪੜ੍ਹਨ ਲੱਗਾ ਸ਼ਿਮਰ ਲੱਭਦਾ ਵਧੈ ਧੀ ਹੁਸੈਨ ਦੀ ਲੱਭਦੀ ਨਹੀਂ ਬਾਬੇ ਦੀ ਲਾਸ਼ ਦੇ ਨਾਲ ਮੇਰੀ ਸਹਿਣ ਤੜਫ ਕੇ ਰੋਂਦੀ ਪਈ ਹੈ ਸ਼ਿਮਰ ਖੁਆਨ ਦਾ ਦੇਖ ਕੇ ਨਾ ਮੇਰੀ ਸਹਿਣ ਰੋਕੀ ਆਦੀ ਸ਼ਿਮਰ ਸਾਰਿਆਂ ਕੋ ਲੈ ਜਾ ਮੈਨੂੰ ਕਰਬਲਾ ਛੋੜ ਦੇ ਸਾਰਿਆਂ ਨੂੰ ਲੈ ਜਾ ਮੈਨੂੰ ਕਰਬਲਾ ਛੋੜ ਦੇ ਹਾਲੇ ਮੈਂ ਤਾਂ ਨਹੀਂ ਸਾਰਿਆਂ ਨੂੰ ਨਾ ਲੈ ਜਾਵਾਂ ਤੈਨੂੰ ਜ਼ਰੂਰ ਲੈ ਜਾ ਸਾਂ ਵੀ ਅਦੇ ਕਿਉਂ ਜ਼ਾਲਿਮਾ ਦੇ ਮੈਂ ਜਿਤਨੀਆਂ ਹੀ ਜ਼ਰਬਾਂ ਸ਼ਬੀਰ ਨੂੰ ਮਾਰੀਆਂ ਸ਼ਬੀਰ ਹੈ ਨਹੀਂ ਕੀਤੀ ਜਦੋਂ ਮੈਂ ਤੈਨੂੰ ਮਾਰਿਆ ਨਾ ਉਹ ਸ਼ਬੀਰ ਖੰਜਰ ਤਲੇ ਹੈ ਜਿਹਦਾ ਹੱਥ ਮਾਤਮ ਵਾਸਤੇ ਉੱਠਿਆ ਨਹੀਂ ਕਰਾਂ ਜੀ ਮੁਰਸ਼ਦਾ ਦਾ ਮੇਰੀ ਨੌਕਰੀ ਹੈ ਖੁਦਾ ਤੁਹਾਡਾ ਮਾਤਮ ਮੈਂ ਬਿਸਮਿਲਾ ਕਰਾਂ ਮੈਂ ਨੌਕਰ ਹਾਂ ਉਹ ਸਰ ਤੇ ਮਾਤਮ ਕਰਨ ਵਾਲੇ ਜਵਾਨ ਜਦੋਂ ਮੈਂ ਤੈਨੂੰ ਮਾਰਿਆ ਨਾ ਸ਼ਬੀਰ ਖੰਜਰ ਤਲੇ ਹਾਏ ਕੀਤੀ ਏ ਜਿੱਥੇ ਮੇਰਾ ਦਿਲ ਹੋਇਆ ਜੋ ਮੈਂ ਸ਼ਬੀਰ ਨੂੰ ਆਵਾਂ ਉੱਥੇ ਮੈਂ ਤੈਨੂੰ ਮਾਰਸਾਂ ਮੇਰੀ ਨੌਕਰੀ ਮੇਰਾ ਸੋਹਣਾ ਜਦੋਂ ਮੈਂ ਤੈਨੂੰ ਮਾਰਿਆ ਏ ਸ਼ਬੀਰ ਖੰਜਰ ਤਲੇ ਹਾਏ ਕੀਤੀ ਏ ਜਿੱਥੇ ਮੇਰਾ ਦਿਲ ਹੋਇਆ ਜੋ ਮੈਂ ਸ਼ਬੀਰ ਨੂੰ ਆਵਾਂ ਉੱਥੇ ਮੈਂ ਤੈਨੂੰ ਮਾਰਸਾਂ ਉਸ ਆਦਾਤ ਦਾ ਮਜਮਾ ਮੇਰਾ ਜੁਮਲਾ ਸਮਝਾਏ ਬੇਪਲਾਣੇ ਉੱਠਤੇ ਇੰਨਾ ਵੱਖਰੀ ਬਲਾਈਏ ਹੁਣ ਸੁਣਿਆ ਇਸ ਵਹਿਣ ਵਾਸਤੇ ਇਹਨਾਂ ਸਾਰੇ ਮਾਤਮੀਆਂ ਸਾਦਾਤ ਨੇ ਬਾਰ ਬਾਰ ਹੁਕਮ ਕੀਤਾ ਤਮਹੀਦੀ ਜੁਮਲਾ ਪੜ੍ਹਨ ਲੱਗਾ ਉਹ ਟੁਰਦੇ ਅੱਗਾਂ ਧੀ ਵੇਖਦੀ ਏ ਪਿੱਛਾਂ ਟੁਰਦੇ ਹੋਏ ਉੱਠ ਤੂੰ ਬਾਬੇ ਦੀ ਤਕਸੀਮ ਸ਼ੁਦਾ ਲਾਸ਼ ਵਾਲੇ ਪਾਸੇ ਬੱਧੇ ਹੱਥ ਕਰਕੇ ਪਈਆ ਦੀਏ ਬਾਬਾ ਰਸਮੀਆਂ ਲੱਥੀਆਂ ਤਾਂ ਵੱਲ ਮਰਕਬਾ ਬਜ਼ੁਰਗਾਂ ਦੀ ਐਡੀ ਸੋਹਣੀ ਬਿਸਮਿਲਾ ਮੌਲਾ ਤੋਂ ਸਲਾਮਤ ਰੱਖੇ ਮੇਰੀ ਸਹਿਣ ਦੇ ਬੜੇ ਮੋਹਰ ਵਾਲੇ ਆਜ਼ਾਦ ਬਾਬਾ ਜੀ ਮੈਂ ਨੌਕਰਾਂ ਕਿ ਆਕਾਸ਼ ਬਾਬਾ ਰਸੀਆਂ ਲੱਥੀਆਂ ਅਤੇ ਮੈਂ ਵੱਲਾ ਸਾਂ ਉਸ ਆਦਾਤ ਮਾਤਮੀਓ ਨਾ ਲੱਥੀਆਂ ਇਹੀ ਹੁਕਮ ਕੀਤਾ ਨਹੀਂ ਕਮੈਂਟ ਕਰਾਂ ਨਾ ਲੱਥੀਆਂ ਨਾ ਵੱਲੀ ਪਹੁੰਚ ਗਈ ਸ਼ਾਮ ਬਾਬਾ ਜੀ ਐਂ ਤੁਸੀਂ ਕਈ ਦਫ਼ਾ ਦੇ ਜ਼ਵਾਰ ਹੋ ਬਾਬੇ ਨੇ ਕਈ ਦਫ਼ਾ ਦੇ ਜ਼ਵਾਰ ਹੈ ਮਹਿਮੂਦ ਕਰੀਮੀ ਇੱਕ ਇਰਾਨ ਦਾ ਨੋਏ ਖਾਨ ਹੈ ਅਕਸਰ ਫਾਰਸੀ ਚਨੋ ਹੈ ਪੜ੍ਹਦਾ ਹੈ ਅਤੇ ਹਾਂ ਉਰਦੂ 'ਚ ਤਰਜਮਾ ਖੁਦਾ ਗਵਾਏ ਇੱਕ ਨੋਹਾ ਉਸ ਪੜ੍ਹੇ ਇਸ ਪਾਕ ਬੀਬੀ ਦਾ ਤਨਹਾਈ 'ਚ ਬੰਦਾ ਸੁਣ ਲਵੇ ਦਿਲ ਕਰਦਾ ਕਿ ਸਾਹ ਮੁੱਕ ਜਾਵਣ ਉਹਦੇ ਦੋ ਜੁਮਲੇ ਪੜ੍ਹਨ ਲੱਗਾ ਆਉਂਦੀ ਬਾਬਾ ਬਾਬਾ ਅਗਰ ਇਹ ਮੇਰੇ ਦੁਰ ਇੰਜ ਨਾ ਲਹਾਵਣ ਹਾ ਮੈਂ ਇਹਨਾਂ ਦੀਆਂ ਧੀਆਂ ਨੂੰ ਤੋਹਫੇ 'ਚ ਦੇ ਅਜੇ ਜਿਤਨਾ ਮਜਮਾ ਮੌਜੂਦ ਹੈ ਨਾ ਬਹਾਦਰ ਸ਼ਾਹ ਜੀ ਸਰਕਾਰ ਜਿਤਨਾ ਮਜਮਾ ਮੌਜੂਦ ਹੈ ਨਾ ਮੁਰਸ਼ਿਦਾਦਾ ਸਾਦਾਤ ਮੇਰੇ ਸਾਹਮਣੇ ਅਕਸਰ ਬੈਠੇ ਇਸ ਜੁਮਲੇ ਦੇ ਬਾਅਦ ਨਾ ਖੁਦਾ ਗਵਾਏ ਬੜਾ ਮਾਤਮ ਹੋਇਆ ਖੁਦ ਵੀ ਮਾਤਮ ਕੀਤਾ ਇਸ 'ਚ ਗੁਰਬਤ ਬੜੀਏ ਮਸਾਇਬ ਬਹੁਤ ਦੁੱਖ ਹੈ ਆਦੀ ਬਾਬਾ ਬਾਬਾ ਇੱਕ ਵਾਰੀ ਅੱਖਾਂ ਖੋਲ ਮੈਂ ਤੈਨੂੰ ਦੱਸਣ ਆਈ ਹਾਂ ਇਹਨਾਂ ਲੋਕਾਂ ਦੇ ਹੱਥ ਭੋਂ ਭਾਰੀ ਹੈ ਬਾਬਾ ਵੇਖ ਮੇਰਾ ਨੁਕਸਾਨ ਹੌਸਲਾ ਹੌਸਲਾ ਹੌਸਲਾ
پڑھائیں اتھی پہلے وین رومن والے آزاداروں میں 38 والے بابے دی مجلس پہ سنندا امی میں اس تو ایک وین کھن لگا 38 والے بابے دے مولا مزید درجات بلند فرماوے او پڑھ گئے روندی اگے بھی آئی مگر اس دی اتنی رونی ہے جو شام دیاں مستوراں زندان وچ کٹھیاں ہو گئیاں آنگن قیدی اس دی کرا بسم اللہ کرا زیادہ تر بندہ کو یہ واسطے حکم دیتا بندے جو منہ تے نہ مارو باب آدم دی جڑی مٹی کٹھی کیتی گئی جڑی چہرے دی مٹی ہے جو کعبے والی ذات تو چلی بسم اللہ باب آدم جڑی چہرے والی باب آدم دی مٹی آئی او کعبے والی جگہ تو چائی گئی آئی کہ اس وجہ تو حکم ہے کہ کسے چہرے تے نہ مارو کسے منہ تے نہ مارو خدا تڑی در دری ہے قبول فرماوے بابا جی میں بالکل بیان کرن لگا اتنی رنی دھی شبیر دی جو ساریاں شام دی اور کٹھیاں ہو کے ادی بچے نے چپ کرا امام فرمایا جب تک بابا نہ مل سی چپ نہ کر سی کہتی دکھیاں دھیاں نو پیو ملن تا او رون دیاں تو آدھیں چپ کر ویسی امام آدھے سر دیو تسائی نہ ہو سی سیدادہ تسی یقیناً اگر تسا میں نے وین دا حکم کیتا ہے تا ماتم واسطہ کیتا ہے نا جی میں وین کر لگا بسم اللہ نہ ہو سی نہ رو سی سجاد نو بابا جی سر ملے آئے اترے جملے میرے نال پڑھا لو پھر میں وین کرا مظلومیت دی حد دے بابا جی زندان اچ جدو امام سجاد علیہ السلام نے بابے دا سر لے کے آئے نا ترے دکھ کٹھے ہو گئے تے بیبیاں دیواراں نال ٹکرا ماریاں اے ترے دکھ دیکھ کے چل میں پہنچا لواں کیوں پیو دیاں رگاں چ رات نہیں رکدی پتر دیاں اکھاں چ رات نہیں رکدی کیڑا امیر اے جدی ہے نا سی دھی دے کلاں وچ رات ایک قدم چاہے پھر جھن پہ آئے معصومہ بابا ملن آئی سجاد میں تیرے کنڈے کڈھن علی بہنا بابے دا سر میرے سینے تے رکھ جا عزادارو سر سینے تے آئے ہاں لالا کیا دیے بابا جے تینو ماریا ہے او سارا راہ میں نہ ماریا ہے مرحبا مرحبا حسن بزرگو ملتر سلامت رکھے بسم اللہ میں نوکرا ہو سیدادہ تو سماتم دی جڑ گئے ہو آدھی ہے بابا ایک واری اک کھول جس تین مارے آئے او سارا را سجاد نو مارے آئے آدھی ہے بابا جدہ وستے آسے مدینے سفر بیندے آوے واپس بلان دے آوے سارا نو مل دے آوے جدہ میں آدھیاں میں آدھیاں میں بابا آدھی ملن آئی آئی بابے دی مک گئے آج بابا ملن آیا ہے دھی دی مک گئے
بابا رسیاں لتھیاں